आज वाले उतरे हो तो सलाम अलैकुम जी आज जी ताजे नान टिकियां समोसे जी भाई फैमिली वास्ते है इंतजाम हां जी जनाब लेडीज वास्ते इंतजाम है जी उत्ते चले उत्ते भाजी नहीं इंतजाम फैमिली वास्ते ऊपर हां जी ऊपर ही है भाजी आज तुझे पहले भी आंदे रहे लगदा जी आज ऊपर आज नहीं जगह तो फैमिली वास्ते ठीक है हां आज अंदर बैठ ओए होए एक मिनट ठहर बैग इधर अच्छा हुन की खाना की है मकसद भी बेचते की है मैडम जी सारा कुछ दसना हुंदा ना फिर जनाब साहब को क्रीम चाट अच्छा क्रीम चाट पसंद है ना अच्छा क्रीम कड़ी पाने ਤੁਸੀਂ ਵਿੱਚ ਕਰੀਮ ਖਾਣ ਵਾਲੀ ਪਾਈ ਦੀ ਆ ਭਾਈ ਉਹ ਸ਼ੇਵ ਵਾਲੀ ਪਾਉਣੀ ਅਸੀਂ ਇਹ ਖਾਣ ਵਾਲੀ ਕਰੀਮ ਹੁੰਦੀ ਆ ਭਾਈ ਇੱਕ ਡੈਰੀ ਤੋਂ ਕਰੀਮ ਮਿਲਦੀ ਆ ਜਿਹੜੀਆਂ ਬੀਬੀਆਂ ਘਰ ਜਾਗ ਲਾ ਕੇ ਮੱਖਣ ਕੱਢ ਲੈਂਦੀਆਂ ਹਾਂ ਇੱਕ ਉਹ ਕਰੀਮ ਹੁੰਦੀ ਆ ਉਹ ਕਰੀਮ ਅੱਛਾ ਕਰੀਮ ਚਾਟ ਹੋਰ ਤੇ ਸਾਡੇ ਕੋਲ ਦੂਜੀ ਚਾਟ ਆ ਜੀ ਮਸਾਲੇ ਵਾਲੀ ਚਾਟ ਮਸਾਲੇ ਓਕੇ ਫਰੂਟ ਚਾਟ ਹਾਂਜੀ ਤੇ ਦਹੀਂ ਭੱਲੇ ਵੀ ਹੈ ਜੀ ਸਾਡੇ ਕੋਲ ਦਹੀਂ ਭੱਲੇ ਪੂਰੇ ਰੋਡ ਤੇ ਸਾਡੀ ਦੁਕਾਨ ਮਸ਼ਹੂਰ ਹੈ ਡਾਡਾ ਭੱਲਾ ਦੁਕਾਨ ਰੱਖੀਦਾ ਪਲੇਟ ਦੇ ਵਿੱਚ ਤੇ ਪਲੇਟੋਂ ਬਾਹਰ ਆ ਜਾਂਦਾ ਭੱਲਾ ਜੀ ਡਾਡਾ ਭੱਲਾ ਜੀ ਤੁਸੀਂ ਪਲੇਟ 'ਚ ਭੱਲਾ ਪਾਉਨੇ ਤੇ ਪੂਰਾ ਮਹੱਲਾ ਪਾਉਨੇ ਤੇ ਪਲੇਟੋਂ ਬਾਹਰ ਆ ਜਾਂਦਾ ਅਸਲ ਦੇ ਵਿੱਚ ਜੀ ਅਸੀਂ ਚੀਜ਼ਾਂ ਜ਼ਰਾ ਖੁੱਲੀਆਂ ਡੁੱਲੀਆਂ ਸੋਹਣੀਆਂ ਕਰ ਗਏ ਕਿ ਗਾਹਕ ਨੂੰ ਅਸੀਂ ਮੁਤਮਿਨ ਕਰ ਦਈਦਾ ਜੀ ਸਾਡਾ ਇੱਕ ਭੱਲਾ ਖਾ ਕੇ ਗਾਹਕ ਰੱਜ ਜਾਂਦਾ ਜੀ ਅੱਛੀ ਕੁਆਲਿਟੀ ਹੈ ਹਾਂਜੀ ਭਾਈ ਅੱਛਾ ਮੈਨੂੰ ਦੱਸੋ ਇਹ ਜਿਹੜਾ ਤੁਸੀਂ ਦਹੀਂ ਭੱਲਿਆਂ 'ਚ ਪਾਉਨੇ ਆ ਆਪ ਜਮਾਉਨੇ ਆ ਕਿ ਦੁਕਾਨ ਤੋਂ ਕਿਤੋਂ ਲੈਣੇ ਬਾਹਰੋਂ ਕਿਹੜਾ ਭਾਜੀ ਦਹੀਂ ਜਿਹੜਾ ਪਾਈਦਾ ਦਹੀਂ ਨਹੀਂ ਆਪ ਜਮਾਈਦਾ ਭਾਈ ਸਿਰ ਵੀ ਉਹਨੇ ਹੀ ਧੋਨੇ ਸਾਡੀਆਂ ਜਨਾਨੀਆਂ ਜਿਹੜੀਆਂ ਬਾਹਰੋਂ ਦਹੀਂ ਲਿਆਉਂਦੇ ਨਹੀਂ ਜੀ ਅਸੀਂ ਹਾਂਜੀ ਕਿਤੇ ਝੂਠਾ ਤਾਂ ਨਹੀਂ ਪਾਈ ਇਹਨਾਂ ਸਿਰ ਧੋਈ ਵਾਲਾ ਨਹੀਂ ਨਹੀਂ ਭਾਈ ਨੇ ਲਹਿਦਾ ਹੁੰਦਾ ਸਾਡੇ ਕੋਲ ਜਿਹੜਾ ਮਤਲਬ ਸਮੋਸਿਆਂ ਨੂੰ ਦਈਦਾ ਨਾ ਦਹੀਂ ਹਾਂਜੀ ਰਹਿਤਾ ਇਹ ਲਹਿਦਾ ਹੁੰਦਾ ਜਨਾਬ ਤੇ ਦਹੀਂ ਖੱਟਾ ਤਾਂ ਨਹੀਂ ਨਹੀਂ ਜੀ ਨਹੀਂ ਦਹੀਂ ਕਾਹਨੂੰ ਖੱਟਾ ਹੋਣਾ ਜੀ ਇਹਦਾ ਤੇ ਗਾਹਕ ਦਾ ਸਾਡੇ ਤੋਂ ਦਿਲ ਖੱਟਾ ਹੋ ਜਾਣਾ ਕਿੰਨੇ ਬੜਨਾ ਜੀ ਗੱਲ ਤੇ ਸਹੀ ਹੈ ਕਰੀਮ ਚਾਟ ਦਾ ਵੀ ਪੁੱਛਣਾ ਸੀ ਕੀ ਕੀ ਪਾਇਆ ਵਿੱਚ ਇਹਨਾਂ ਨੇ ਜੀ ਉਹਦੇ ਚ ਸੇਬ ਪਾਈ ਦਾ ਅੰਗੂਰ ਪਾਈ ਦਾ ਕੇਲਾ ਪਾਈ ਦਾ ਸਟ੍ਰਾਬੇਰੀ ਪਾਈ ਦੀ ਜੇ ਪਲੇਟ ਚ ਜਗ੍ਹਾ ਬਚੇ ਤੇ ਉਹ ਕੋਰਾ ਮਿੱਠਾ ਪਾ ਦੀ ਤਾਂ ਨਹੀਂ ਤੇ ਇਹ ਹੀ ਚੀਜ਼ਾਂ ਕਾਫੀ ਹੈ ਜੀ ਲੈ ਅਨਾਰ ਤੇ ਪਾਇਆ ਹੀ ਨਹੀਂ ਜਿਹੜਾ ਮੈਨੂੰ ਪਸੰਦ ਦੇ ਨਹੀਂ ਨਹੀਂ ਉਹ ਪਾਈ ਦਾ ਨਹੀਂ ਉਹ ਧੂੜੀ ਦਾ ਉੱਤੇ ਉਹਦੇ 25-30 ਦਾਣੇ ਉੱਤੇ ਧੂੜ ਦੇ ਉਹ ਦੰਦ ਖੱਟੇ ਹੋ ਜਾਂਦੇ ਫਿਰ ਜਿਹੜੀ ਨਰਮ ਚੀਜ਼ ਆ ਉਹ ਵੀ ਖੱਟੀ ਲੱਗਦੀ ਹੈ ਜੀ ਹਾਂਜੀ ਹਾਂਜੀ ਸਹੀ ਕਹਿੰਦੇ ਅੱਛਾ ਤੁਸੀਂ ਹੁਕਮ ਕਰੋ ਜੋ ਸਾਡੇ ਕੋਲੋਂ ਖਾ ਕੇ ਜਾਓਗੇ ਇਨਸ਼ਾਅੱਲਾ ਤੁਸੀਂ ਬੱਚਿਆਂ ਵਾਸਤੇ ਵੀ ਲੈ ਕੇ ਜੋ ਬੱਚੇ ਆ ਤੁਹਾਡੇ ਜੀ ਬਸ ਤੁਸੀਂ ਲੈ ਕੇ ਜਾਓਗੇ ਬੱਚਿਆਂ ਵਾਸਤੇ ਮੇਰੇ ਬੱਚੇ ਨਹੀਂ ਖਾਂਦੇ ਹਾਂਜੀ ਉਹ ਬੱਚੇ ਸਮੋਸੇ ਵਗੈਰਾ ਨਹੀਂ ਖਾਂਦੇ ਅੱਛਾ ਅੱਛਾ ਨਹੀਂ ਲਿਜਾ ਕੇ ਦਵੋਗੇ ਫੇਰ ਉਹ ਅੰਦਾਜ਼ੇ ਨਾਲ ਖਾ ਲੈਣ ਘਰ ਬੈਠੇ ਲੈ ਕੇ ਜਾਓਗੇ ਤੇ ਖਾਣਗੇ ਭਾਜੀ ਉਹ ਨਾ ਅਸਲ ਜੀ ਲਾਈਕ ਕਰਦੇ ਨੇ ਸ਼ਵਾਰਮਾ ਬਰਗਰ ਵਗੈਰਾ ਖਾਂਦੇ ਹਾਂਜੀ ਉਹ ਵੀ ਇਹੀ ਚੀਜ਼ਾਂ ਜੀ ਆ ਜ਼ਰਾ ਚੰਗੀ ਤਰ੍ਹਾਂ ਤਲੀਆਂ ਹੁੰਦੀਆਂ ਉਹ ਤੇ ਮਿਹਦੇ 'ਚ ਬਹਿ ਜਾਂਦਾ ਜੀ ਫਿਰ ਵੀ ਭਾਈ ਗੱਲਾਂ ਹੀ ਕਰੀ ਜਾਂਦਾ ਪਾਣੀ ਵੀ ਲੈ ਆਇਆ ਪਿਆਸ ਲੱਗੀ ਪਾਣੀ ਪਾਣੀ ਤਾਂ ਕੀ ਪੁੱਛਦੇ ਆ ਸਾਦਕਾ ਬਸ ਲਾਵ ਆ ਗਿਆ ਤਾਈ ਦਾ ਫੋਨ ਆਇਆ ਸੀ ਇੰਨਾ ਪਾਣੀ ਇਕੱਠਾ ਹੋਇਆ ਜੀ ਆ ਮੈਂ ਦੁਕਾਨ ਬੰਦ ਕਰਕੇ ਦੋ ਛੁੱਟੀਆਂ ਤਾਈ ਵੱਲ ਲਾ ਗਿਆ ਉਹ ਪਾਣੀ ਵਿਹੜੇ 'ਚ ਨਾ ਆਇਆ ਸੀ ਉਹਨੇ ਕਿਹਾ ਸਮੋਸੇ ਹੀ ਵੇਚੀ ਜਾਂਦਾ ਇੱਥੇ ਆ ਕੇ ਪਾਣੀ ਕੱਢ ਵਿਹੜੇ ਦਾ ਉਹ ਗਲਤੀ ਹੋ ਗਈ ਜੀ ਮੇਰੇ ਕੋਲੋਂ ਉਹ ਮੈਂ ਪੀਟਰ ਇੰਜਨ ਲਿਆਂਦਾ ਪਾਣੀ ਕੱਢਣ ਵਾਲਾ ਜੀ ਉਹ ਮੈਂ ਨਹਿਰ ਵਾਲਾ ਪੈਪ ਵਿਹੜੇ 'ਚ ਸੁੱਟਦਾ ਵਿਹੜੇ ਵਾਲਾ ਨਹਿਰ 'ਚ ਅੱਧਾ ਘੰਟਾ ਚਲਾਇਆ ਮੈਂ ਨਹਿਰ ਵਾਲਾ ਵੀ ਖਿੱਚ ਲਿਆ ਕਰ ਲੋ ਗੱਲ ਮੇਰੀ ਨੇ ਮੈਨੂੰ ਗੱਲਾਂ ਕਰ ਕਰ ਕੱਢਿਆ ਕਹਿੰਦੀ ਚਲਾ ਜਾ ਤੂੰ ਤੇ ਸਾਨੂੰ ਤਾਰ ਦਿੱਤਾ ਅਸੀਂ ਤੇਰੇ ਘਰ ਦੀਆਂ ਗੱਲਾਂ ਸੁਣਨ ਨਹੀਂ ਆਏ ਤੁਸੀਂ ਕੁਝ ਖਾਣ ਪੀਣ ਆਏ ਆ ਪੀਣ ਪੀਣ ਵਾਲਾ ਪਾਣੀ ਲਓ ਜੀ ਲਓ ਪਾਣੀ ਲਿਆ ਛੇਤੀ ਲਓ ਜੀ ਪਾਣੀ ਪੀਓ ਜੀ ਜਿੰਨਾ ਮਰਜ਼ੀ ਪਾਣੀ ਪੀਓ ਓਇਆ ਗਲਾਸ ਤੇ ਧੋ ਲੈਣਾ ਸੀਗਾ ਗੰਦੇ ਗਲਾਸ ਇਹ ਕਿਦਾਂ ਆਈਆਂ ਗਲਾਸ ਨੂੰ ਕੀ ਹੈ ਬਿਲਕੁਲ ਠੀਕ ਆ ਫਰੈਸ਼ ਗਲਾਸ ਭਾਈ ਧੋ ਕੇ ਰੱਖੇ ਤੇ ਇਸਤੇਮਾਲ ਹੀ ਨਹੀਂ ਕੀਤੇ ਭਾਈ ਨਹੀਂ ਇਧਰੋਂ ਪਤਾ ਲੱਗਦਾ ਕਿ ਆਲਾ ਹੱਥ ਲੱਗਾ ਓ ਭਾਈ ਜੀ ਤੁਸੀਂ ਓਏ ਕਿੱਡਾ ਗੰਦਾ ਬੰਦਾ ਉਹ ਕੀ ਕਰੀ ਜਾਣ ਰਿਹਾ ਤੂੰ ਕੀ ਹੋਇਆ ਭਾਜੀ ਆ ਕਮੀਜ਼ ਨਾਲ ਗਲਾਸ ਸਾਫ਼ ਕਰੀ ਦੇ ਉਹ ਮੈਂ ਕਿਹੜਾ ਗੱਡੀ ਥੱਲੇ ਵੜ ਗਿਆ ਉਹਦਾ ਇੰਜਣ ਕੀਤਾ ਕਿ ਮਿੱਟੀ ਲੱਗੀ ਕਪੜੇ ਨੂੰ ਕੁਝ ਵੀ ਨਹੀਂ ਮੈਂ ਸਾਫ਼ ਆ ਭਾਜੀ ਬੇਗਮ ਕਿੱਡਾ ਬੇਵਕੂਫ ਆ ਤੈਨੂੰ ਤਮੀਜ਼ ਨਹੀਂ ਹੈਗੀ ਓ ਸੌਰੀ ਸੌਰੀ ਜੀ ਆ ਤੈਨੂੰ ਦੂਸਰਾ ਗਲਾਸ ਓਏ ਆ ਦੇਖੋ ਕਿੱਡਾ ਗੰਦਾ ਕਪੜਾ ਹਾਏ ਹਾਏ ਅਸੀਂ ਨਹੀਂ ਪੀਣਾ ਪਾਣੀ ਅੱਛਾ ਪਾਗਲ ਆ
ਕੀ ਹੋਇਆ ਭਾਈ ਉਹਨੇ ਤੂੰ ਟੇਬਲ ਸਾਫ ਕੀਤਾ ਉਹਨੇ ਗਲਾਸ ਸਾਫ ਕਰੀ ਜਾਣ ਉਹ ਭਾਈ ਤੁਸੀਂ ਅੰਦਰੋਂ ਪੀਣਾ ਮੈਂ ਬਾਹਰੋਂ ਸਾਫ ਕਰਨੀ ਆ ਕੀ ਹੋ ਗਿਆ ਅੰਦਰੋਂ ਬਿਲਕੁਲ ਸਾਫ ਆ ਦੇਖ ਆ ਦੇਖ ਕਿਹਸਾ ਪਾਗਲ ਪਹਿਲਾ ਗਲਾਸ ਦਿੱਤਾ ਕਮੀਜ਼ ਨਾ ਸਾਫ ਕੀਤਾ ਦੂਜਾ ਲੱਗਦਾ ਨੇ ਸ਼ਲਵਾਰ ਨਾ ਕਰ ਲੈਣਾ ਹਾਏ ਹਾਏ ਉਹ ਨਹੀਂ ਨਹੀਂ ਪਹਿਲਾਂ ਮੈਂ ਕਮੀਜ਼ ਨਾ ਕੀਤਾ ਦੂਜਾ ਮੈਂ ਤਮੀਜ਼ ਨਾ ਕਰਨਾ ਸੀ ਸਾਫ ਐ ਬਿਹਤਰੀਨ ਕਰਨਾ ਹਾਂ ਚੱਲ ਇਹਨਾਂ ਨੂੰ ਹੰਗਾਲ ਦੇ ਗਲਾਸ ਚੇਂਜ ਕਰ ਦੇਣਾ ਚਾਹ ਭਾਈ ਧੋ ਕੇ ਲਿਆ ਇਹਨਾਂ ਨੂੰ ਮੁੰਡਾ ਤੇ ਚੰਗਾ ਹੁੰਦਾ ਹੈ ਲੋ ਜੀ ਤੁਹਾਨੂੰ ਭਾਂਡੇ ਇਦਾਂ ਦੇ ਦੇਤੇ ਘਰ ਵੀ ਨਹੀਂ ਕਦੀ ਖਾਦਾ ਹੋਣਾ ਇਦਾਂ ਦੇ ਭਾਂਡਿਆਂ ਜੀ ਅਸੀਂ ਗਾਹਕ ਦਾ ਬਹੁਤ ਧਿਆਨ ਕਰਦੇ ਜੀ ਗਾਹਕ ਦਾ ਧਿਆਨ ਰੱਖਦੇ ਆਪਣੇ ਘਰ ਦਾ ਵੀ ਧਿਆਨ ਰੱਖੋ ਉੱਥੇ ਵੀ ਲੈ ਜਾਓ ਗਲਾਸ ਹਾਂਜੀ ਹਾਂਜੀ ਹੁਕਮ ਕਰੋ ਜੀ ਖਾਣਾ ਕੀ ਹੈ ਜੀ ਦੱਸ ਦੇ ਤੈਨੂੰ ਪਾਣੀ ਠੰਡਾ ਹੈ ਜੀ ਫੁੱਲ ਠੰਡਾ ਜੀ ਸਵੇਰ ਦੀ ਬਰਫ਼ ਪਾਈ ਜੀ ਸਵੇਰ ਦੀ ਬਰਫ਼ ਪਾਈ ਤੇ ਬਰਫ਼ ਤਾਜ਼ਾ ਕਿਉਂ ਨਹੀਂ ਪਾਈ ਤੁਸੀਂ ਉਹ ਪਾਣੀ ਸਵੇਰ ਦੀ ਪਾਈ ਹੈ ਹੁਣ ਤੱਕ ਵੀ ਖੁਰ ਗਈ ਹੈ ਤੇ ਪਾਣੀ ਸੀਟ ਹੋਇਆ ਪਿਆ ਜੀ ਹੁਣੇ ਚੈੱਕ ਕਰ ਲੈ ਓਏ ਹੋਏ ਠੰਡਾ ਪਾਣੀ ਤਾਂ ਬਹੁਤ ਠੰਡਾ ਭਾਜੀ ਸਾਕੋ ਮੱਲੇ ਵਾਲੇ ਨਹਾਉਣ ਨੂੰ ਵੀ ਇੱਥੇ ਖੜਦੇ ਆ ਕਹਿੰਦੇ ਬਹੁਤ ਪਾਣੀ ਠੰਡਾ ਸਕੂਨ ਹੋ ਜਾਂਦਾ ਓਏ ਸਾਨੂੰ ਨਹਾਉਣ ਵਾਲਾ ਪਾਣੀ ਪਿਲਾ ਹੀ ਜਾਂਦਾ ਹਾਏ ਨਹੀਂ ਨਹੀਂ ਉਹ ਲੈਦਾ ਰੱਖਿਆ ਜੀ ਆ ਤੇ ਕੈਨਾ ਦਾ ਪਾਣੀ ਸਪੈਸ਼ਲ ਤੁਹਾਨੂੰ ਦਿੱਤਾ ਠੰਡਾ ਕਰਕੇ ਹਾਂ ਫਿਲਟਰ ਵਾਲਾ ਪਾਣੀ ਹੈ ਜੀ ਹੁਕਮ ਕਰੋ ਖਾਣਾ ਕੀ ਹੈ ਤੁਸੀਂ ਜੀ ਇਹ ਤੁਸੀਂ ਇਸ ਤਰ੍ਹਾਂ ਕਰੋ ਓਏ ਅਸੀਂ ਤਾਂ ਕਰਨ ਨਹੀਂ ਦੇ ਸਵੇਰ ਦੇ ਤੁਸੀਂ ਖਾਣਾ ਕੀ ਪਾਈ ਸਵੇਰ ਦੀ ਦੁਕਾਨ ਖੁੱਲੀ ਮੱਤ ਵੱਜੀ ਪਈ ਹੈ ਬੇਗਮ ਤੁਸੀਂ ਕੀ ਖਾਣਾ ਪੁੱਛ ਤੇ ਲਵੋ ਨਾ ਫੇਰ ਮਜ਼ੀਦ ਕੀ ਹੋਰ ਕੀ ਤੁਹਾਡੇ ਕੋਲ ਹਾਂਜੀ ਅੱਗੇ ਹੋਰ ਕੀ ਹੈ ਤੁਹਾਡੇ ਹਾਂ ਹੋਰ ਨਸ਼ਈ ਸੁਤਾ ਜੀ ਦੁਕਾਨ ਦੇ ਸਾਹਮਣੇ ਉਹਨੂੰ ਉਠਾ ਲਿਆ ਉਹ ਭਾਈ ਜੀ ਖਾਣ ਵਾਲੀਆਂ ਐਟਮਾਂ ਦੱਸਤੀਆਂ ਤੁਹਾਨੂੰ ਮੈਂ ਦੱਸ ਤੇ ਦਿੱਤੀਆਂ ਆ ਬਾਜੀ ਤੁਹਾਡੇ ਦੇਣ ਜਿੰਨੀ ਰਹਿੰਦੀ ਤੇ ਬਰਿਆਨੀ ਨਹੀਂ ਹੈਗੀ ਨਾ ਕੋਲ ਬਰਿਆਨੀ ਨਹੀਂ ਨਹੀਂ ਬਾਜੀ ਬਰਿਆਨੀ ਵਾਲੀ ਰੇੜੀ ਲਾਉਂਦੇ ਸੀ ਉਹਨੂੰ ਅਸੀਂ ਭਜਾ ਦਿੱਤਾ ਬਰਿਆਨੀ ਮੈਂ ਤੇ ਬਰਿਆਨੀ ਖਾਣੀ ਸੀ ਸੋਨੀ ਅੱਛਾ ਤੁਸੀਂ ਪਤਾ ਕੀ ਕਰੋ ਬਰਿਆਨੀ ਠੀਕ ਆ ਨਹੀਂ ਪੱਥਰੀ ਹੋ ਰਹੀ ਅੱਜ ਕੱਲ ਔਰਤਾਂ ਨੂੰ ਚੌਲ ਕੱਟ ਕਰ ਦੋ ਭੈਣ ਵੀਰ ਜੀ ਆਹ ਗੱਲ ਤੇ ਸਹੀ ਹੈ ਉਹਦੀ ਤੁਸੀਂ ਇੱਕ ਪਲੇਟ ਭੱਲਿਆਂ ਦੇ ਲੈ ਆਓ ਹੈਂ ਤੇ ਨਾਲ ਨਾਨ ਟਿੱਕੀ ਹੁੰਦੀ ਹੈ ਆਪਣੇ ਕੋਲ ਹਾਂਜੀ ਨਾਨ ਟਿੱਕੀ ਹੈ ਭਾਜੀ ਬੇਗਮ ਨਾਨ ਟਿੱਕੀ ਦਾ ਮਜ਼ਾ ਲਈਏ ਹਾਂ ਅੱਛਾ ਤੁਹਾਡੇ ਕੋਲ ਨਾਨ ਕਿਹੜੇ ਹੁੰਦੇ ਆ ਇਹ ਨਾਨ ਸਾ ਕੋ ਵੇਸਣ ਵਾਲਾ ਹੁੰਦਾ ਤੇ ਸਾਦਾ ਹੁੰਦਾ ਜੀ ਤੂੰ ਇਸ ਤਰ੍ਹਾਂ ਕਰ ਸਾਦਾ ਨਾਨ ਨੂੰ ਵੇਸਣ ਲਾ ਕੇ ਤਲ ਲਿਆ ਭੈਣ ਜਿਹੜਾ ਵੇਸਣ ਵਾਲਾ ਉਹ ਪਹਿਲੋਂ ਸਾਦਾ ਹੀ ਸੀ ਉਹਦੇ ਉੱਤੇ ਅਸੀਂ ਲੇ ਚਾੜਿਆ ਭਾਈ ਨੇ ਡੇਡੇ ਲੰਮੇ ਆਲੂ ਲਾਈਦੇ ਆ ਭਾਈ ਨੇ ਅੱਛਾ ਅੱਛਾ ਠੀਕ ਠੀਕ ਫਿਰ ਤੁਸੀਂ ਇਸ ਤਰ੍ਹਾਂ ਕਰੋ ਨਾਨ ਟਿੱਕੀ ਲਿਆਓ ਜ਼ਰਾ ਇੰਨੀ ਟਿੱਕੀ ਕਰਦੇ ਨਹੀਂ ਭਾਈ ਏਡੀ ਏਡੀ ਟਿੱਕੀ ਹੁੰਦੀ ਹੈ ਪੂਰੇ ਰੋਡ ਤੇ ਸਾਡੀ ਟਿੱਕੀ ਮਸ਼ਹੂਰ ਆ ਭਾਜੀ ਹਾਂਜੀ ਕਿਤੇ ਬੰਦੇ ਲੜ ਪਏ ਉਹਨੇ ਟਿੱਕੀ ਮਾਰ ਕੇ ਮੱਥਾ ਖੋਲਤਾ ਭਾਈ ਨੇ ਇੱਥੇ ਤਾਂ ਮਜ਼ਾ ਲੈਣੇ ਦੇਣੇ ਕਰਕੇ ਅਸੀਂ ਜਾਨ ਛੜਾਈ ਆ ਇਹ ਤੁਸੀਂ ਆਲੂਆਂ ਦੀ ਜਗ੍ਹਾ ਬਜਰੀ ਪਾਉਨੇ ਆ ਸਿਰ ਪਾੜਤਾ ਟਿੱਕੀ ਵਜਣੀ ਸੀ ਜੀ ਬਸ ਉਹਦੀ ਆ ਹੀ ਉਹਨੇ ਸ਼ਵੇਂ ਬਕਤਰਾ ਕਮਾ ਕੇ ਬਾਹ ਉਹਦੀ ਮਾਰੀ ਚਲ ਦੋ ਕ ਨਾਲ ਲਿਆ ਨਾਲ ਦੋ ਚਾਰ ਟਿੱਕੀਆਂ ਲਿਆ ਤੇ ਇੱਕ ਭੱਲਿਆਂ ਦੀ ਪਲੇਟ ਲੈ ਕੇ ਜਲਦੀ ਜਾ ਅੱਛਾ ਇੱਕ ਭੱਲਿਆਂ ਦੀ ਪਲੇਟ ਤੇ ਦੋ ਚਾਰ ਦੋ ਤੇ ਚਾਰ 6 ਨਾਨ ਤੇ ਟਿੱਕੀਆਂ ਕਿੰਨੇ ਨਾਨ ਦੋ ਅੱਛਾ ਦੋ ਨਾਨ ਹਾਂ ਕੁਝ ਸਾਡੇ ਕਿੰਨੇ ਤੇ ਦੂਜੇ ਕਿੰਨੇ ਭਾਜੀ ਤੁਹਾਡੇ ਕੋਲ ਕਿਹੜੇ ਕਿਹੜੇ ਨਾਨ ਸਾਕੋ ਕਢਾਈ ਵਾਲੇ ਆ ਨਕਸ਼ੀ ਤਪਕੀ ਵਾਲੇ ਆ ਸਾਕੋ ਕਨਾਰਾ ਕੋਟੀ ਭਾਜੀ ਨਾਨ ਕਹਦਾ ਉਹ ਮੇਰਾ ਮਤਲਬ ਆ ਕੋਈ ਰੋਗ ਨਹੀਂ ਆ ਸਾਦਾ ਕੋਈ ਕੁ ਦੱਸ ਰੋਗ ਨਹੀਂ ਰੱਖੀ ਦੇ ਭਾਈ ਨੇ ਬਹੁਤ ਮਹਿੰਗਾ ਗਾਹਕ ਫੋਰਡ ਨਹੀਂ ਕਰਦਾ ਤੇ ਤੁਸੀਂ ਬਿਲਕੁਲ ਹੀ ਮਾਤੜੇ ਜੇ ਲੱਗਦੇ ਕਿੱਥੇ ਦੇਣੇ ਪੈਸੇ ਜੇ ਖਾ ਲਿਆ ਮਾਤੜੇ ਜੇ ਕਹਿ ਰਹੇ ਆ ਸਾਨੂੰ ਓਏ ਅਸੀਂ ਨਾਲ ਬੱਕਰੀ ਲੈ ਕੇ ਮਾਤੜੇ ਜੇ ਕਹਿੰਦੇ ਉਹ ਭਾਈ ਉਹ ਸਾਦਾ ਹੀ ਨਾਨ 50 ਦਾ ਉੱਤੇ ਵੇਸਣ ਚੜ ਗਿਆ 60 ਦਾ ਉਹ ਚੜ ਜਾਣਾ ਤੇ ਇਹ ਹੋ ਜਾਣਾ 110 ਰੁਪਏ ਦਾ ਵੀ ਕਿੱਥੇ ਤੁਸੀਂ 100 ਨਿਕਲਣਾ 10 ਨਾ ਨਿਕਲੇ ਅਸੀਂ ਤਾਂ ਜਾਣ ਨਹੀਂ ਦੇਣਾ ਭਾਜੀ ਟੈਨਸ਼ਨ ਨਾ ਲੈਣੀ ਤੂੰ ਤੇ ਸੋਨੇ ਦੀ ਝਾਲ ਚੜਾਉਣ ਦੇ ਨਾਂ ਦੇ ਉੱਤੇ ਇੰਨੇ ਦਾ ਮਹਿੰਗਾ ਚੱਲ ਲੈ ਕੇ ਆ ਬਹੁਤੀਆਂ ਗੱਲਾਂ ਨਾ ਕਰ ਅੱਛਾ ਭਾਈ ਨੂੰ ਮਿੱਠੀ ਚਟਨੀ ਖਾਓਗੇ ਜਾਂ ਤੁਸੀਂ ਸਿਰੋਂ ਰਾਇਤਾ ਖਾਓਗੇ ਨਾਲ ਰਾਇਤਾ ਨਾਲ ਮਿੱਠੀ ਵੀ ਅੱਛਾ ਮਿੱਠੀ ਕੌਣ ਮਿੱਠੀ ਅੱਛਾ ਬਹੁਤੀ ਤੁਸੀਂ ਮਿੱਠੀ ਖਾਓਗੇ ਜਾਂ ਮਤਲਬ ਰਾਇਤਾ ਖਾਓਗੇ ਪਰੇਸ਼ਾਨ ਹੈ ਜੋ ਜਿਵੇਂ ਵਿਆਹ ਦਾ ਆਰਡਰ ਦਿੱਤਾ ਇਹਨੂੰ ਅਸਲ ਦੇ ਵਿੱਚ ਪਤਾ ਕਿ ਮਿਸਟੇਕ ਨਹੀਂ ਹੋਣੀ ਚਾਹੀਦੀ ਸਾਡੇ ਗਾਹਕ ਦਿਲ ਦੇ ਪਰਾਉਣੇ ਹੁੰਦੇ ਆ ਜੀ ਅਸੀਂ ਨਹੀਂ ਚਾਹੁੰਦੇ ਇਤੋਂ ਕਿ ਗਾਹਕ ਟੈਨਸ਼ਨ ਲੈ ਕੇ ਜਾਵੇ ਜੀ ਹਾਂਜੀ ਤੂੰ ਜਾ ਰਾਇਤਾ ਬਹੁਤਾ ਲੱਗ ਗਿਆ ਰਾਇਤਾ ਬਹੁਤਾ ਅੱਛਾ ਮਤਲਬ ਰਾਇਤਾ ਤੁਸੀਂ ਖਾਓਗੇ ਜਾਂ ਤੁਸੀਂ ਖਾਓਗੇ ਦੋ ਪਿਆਲੀਆਂ ਚ ਰਾਇਤਾ ਜਾਂ ਇੱਕੋ ਚ ਰਾਇਤਾ ਓਏ ਅਸੀਂ ਰਲ ਮਿਲ ਕੇ ਖਾ ਲਾਂਗੇ ਜੀ ਦੱਸਦੇ ਆ ਨਹੀਂ ਰਲ ਮਿਲ ਕੇ ਕਹਿੰਦਾ ਸਾ ਕੋਈ ਨਹੀਂ ਭਾਂਡੇ ਇੱਕੋ ਭਾਂਡੇ ਦੇ ਅਸੀਂ ਖਾਣ ਦਿੰਦੇ ਐ ਚਮਚੀਆਂ ਲਾਉਣ ਲੱਗੇ ਤੁਹਾਡੇ ਆਪਸ ਚ ਮੱਥੇ ਵੱਜ ਜਾਣੇ ਭਾਜੀ ਉਹ ਬਰਤਨ ਲੈ ਦੇ ਹੁਣ ਅਸੀਂ ਇਹਨਾਂ ਕੇ ਇਕੱਠੇ ਹੀ ਖਾ ਲਾਂਗੇ ਲਾਗੇ ਬਹਿ ਕੇ ਕੈਚਪ ਲਿਆਉਣੀ ਜੀ ਲੈ ਤੇ ਮਿੱਠੀ ਚਟਨੀ ਰਹਿਣ ਦਵਾਂ ਓਏ ਉਹ ਵੀ ਲਿਆਉਣੀ ਆ ਜਾ ਤੇ ਪਾਗਲਾ ਲੈ ਕੇ ਆ ਕੁਛ ਉਹ ਤੁਸੀਂ ਦੇਖੋ ਸਹੀ ਇੱਕ ਨਾਨ ਮਗਾਉਣ ਦੇ ਮਿੱਠੀ ਚਟਨੀ ਲੈ ਦਾ ਦੋ ਰਹਿ ਤੇ ਉਹ ਤੁਸੀਂ ਲਿਪਣਾ ਨਾਨ ਕੇ ਖਾਣਾ ਭਾਜੀ ਉਹ ਦੋ ਨਾਨ ਕਿਹਾ ਤੈਨੂੰ ਚੈੱਕ ਤੇ ਕਰਾ ਫੇ ਹੋਰ ਵੀ ਚੀਜ਼ਾਂ ਖਾਣੇ ਉਹ ਚੈੱਕ ਦੋ ਨਾਨ ਕਰਨੇ ਭਾਜੀ ਉਹ ਦੇਖੋ ਗੁਰਕੀ ਚੈੱਕ ਹੋ ਜਾਂਦੀ ਹੈ ਉਹ ਤੇ ਕੱਢਦੇ ਵੇਖ ਕੇ ਚੈੱਕ ਹੋਣਾ ਭਾਜੀ ਤੋੜਨ ਤੇ ਦੇਈਦਾ ਨਹੀਂ ਚੈੱਕ ਕਰਕੇ ਤੇ ਅਸੀਂ ਦੁਕਾਨ ਪਾਈ ਹੈ ਜੀ ਪਹਿਲੋਂ ਇੱਕ ਇੱਕ ਆਪ ਖਾਈਦਾ ਫੇਰ ਪਾਗਲ ਦੁਕਾਨ ਵਾਲਿਆਂ ਨੇ ਰੱਖਿਆ ਕੋਈ ਕਿਸੇ ਹੋਰ ਨੂੰ ਆਸ ਮਾਰੋ ਸੋਨੀ ਉਹ ਯਾਰ ਜਾ ਸਿਰ ਖਾਈ ਜਾਣਾ ਮੇਰਾ ਤਾਂ ਬਲੱਡ ਲੋ ਹੋ ਗਿਆ ਜਲਦੀ ਲੈ ਗਿਆ ਤੇ ਫੇ ਚੀਜ਼ਾਂ ਰਹਿਣ ਦੋ ਪਹਿਲੋਂ ਡਾਕਟਰ ਲੈ ਆਉਂਦੇ ਪਤਾ ਕੀ ਬਲੱਡ ਲੋ ਹੋ ਗਿਆ ਉਹ ਮੈਂ ਗੱਲ ਹੀ ਕੀਤੀ ਆ ਜਾਓ ਜਾ ਸਿਰ ਹੀ ਖਾਈ ਜਾਣ ਦਿਆ ਸਭ ਪਾਗਲ ਬੰਦਾ ਹੈ ਅੱਛਾ ਜੀ ਪਾਣੀ ਮਸਲਾ ਨਾਲ ਕੋਈ ਬੋਤਲ ਹਾਂ ਪਾਣੀ ਤੇ ਲੱਗਦੇ ਆ ਹੈਗਾ ਸਾਡੇ ਕੋ ਪਾਣੀ ਜਾ ਲੈ ਕੇ ਨਹੀਂ ਬੋਤਲ ਬਾਤਲ ਪੀਓਗੇ ਜੀ ਨਾਲ ਬਾਅਦ ਚ ਪੀ ਲਾਂਗੇ ਜਾ ਲੈ ਕੇ ਬਾਅਦ
सलाद खाओगे ਤੁਸੀਂ ਮੈਨੂੰ ਲੱਗਦਾ ਮੈਂ ਕੋਈ ਚਪੇੜਾ ਖਾਓਗੇ ਨਹੀਂ ਭਾਜੀ ਅਸੀਂ ਤਾਂ ਸੋਚੇ ਕਿ ਕਿਸ ਮੁਸਾ ਖਾਦਾ ਢਿੱਡ ਭਰਿਆ ਪਿਆ ਸਾਡੇ ਅਸੀਂ ਨਹੀਂ ਸਲਾਦ ਖਾਂਦੇ ਚੰਗਾ ਕੀਤਾ ਨਹੀਂ ਖਾਣੀ ਭਾਈ ਸਾਡੇ ਕੋਲ ਵੀ ਮੁੱਕ ਗਈ ਆ ਕਿਉਂਕਿ 12 ਵਜੇ ਤੋਂ ਪਹਿਲਾਂ ਸਲਾਦ ਮੁੱਕ ਜਾਂਦੀ ਹੁਣ ਸਭ ਦੂਜਾ ਮਟੀਰੀਅਲ ਲੈ ਗਿਆ ਜੀ ਦੂਜਾ ਕੀ ਹੈ ਤੇਰੇ ਕੋਲ ਬਹੁਤ ਸਮੋਸੇ ਪਏ ਜੀ ਸਭ ਬਿਹਤਰੀਨ ਸਮੋਸੇ ਇੰਜ ਨੁਕਰਾਂ ਨਿਕਲੀਆਂ ਜਿੱਦਾਂ ਮਿਸਤਰੀ ਨਹੀਂ ਆ ਮਕਾਨ ਦੀ ਨੁਕਰ ਕੱਢਦਾ ਗਲੀ ਹੱਲ ਨੂੰ ਏਦਾਂ ਨੁਕਰ ਆਈ ਅੱਛਾ ਜਾ ਯਾਰ ਜਲਦੀ ਜਲਦੀ ਸਮੋਸੇ ਵੀ ਲੈ ਦੋ ਅੱਛਾ ਸਮੋਸਾ ਤੁਸੀਂ ਖਾਓਗੇ ਜੇ ਤੁਸੀਂ ਬਾਜੀ ਖਾਓਗੇ ਬੜਾ ਪਾਗਲ ਆਦਮੀ ਸਾਡੀ ਭੁੱਖ ਨਾ ਬਸ ਹੋਣ ਡਈ ਆਇਆ ਹੀ ਨਹੀਂ ਹਾਲੇ ਤੱਕ ਹੋ ਲੈ ਲੈ ਆਉ ਤੁਰਿਆ ਤੇ ਆਉਂਦੇ ਆ ਹਾਂ ਯਾਰ ਅਬੇ ਵੈਰੀ ਗੁੱਡ ਵੈਰੀ ਗੁੱਡ ਸੋਨੀਆ ਵੀ ਛੱਡ ਕੇ ਕਰੋ ਇੱਕ ਮਿੰਟ ਗਲਤੀ ਹੋ ਗਈ ਜੀ ਇੱਕ ਮਿੰਟ ਉਹ ਕੀ ਗਲਤੀ ਹੋ ਗਈ ਓਏ ਤੈਨੂੰ ਦਹੀਂ ਚੋ ਕੇ ਇੱਧਰ ਰੱਖਤਾ ਉਹ ਭਾਜੀ ਔਰਤ ਸਾਹਮਣੇ ਦਹੀਂ ਆ ਜਵੇ ਬਹੁਤ ਹੀ ਸਿਰ ਧੋਣ ਲੱਗ ਪੈਂਦੀ ਹੈ ਕਿਤੇ ਸਮੋਸੀਆਂ ਵਾਲਾ ਓਏ ਕਿਤੇ ਨਲਕੇ ਲਾ ਕੇ ਬੈਠੇ ਸੀ ਸਿਰ ਧੋਣ ਲੱਗ ਪੈਂਦੀਆਂ ਕੈਸਾ ਬੰਦਾ ਕੈਸਾ ਆਦਮੀ ਹੈ ਜੀ ਬੰਦਾ ਸੱਚੀ ਆਈ ਇੱਥੇ ਰੱਖ ਪਤਾ ਨਰਮ ਕਿਹੜਾ ਇਹ ਚੋਂ ਇਹ ਖਾ ਲਓ ਜੀ ਇਹ ਤੁਸੀਂ ਖਾ ਲਓ ਜੀ ਇਹ ਤੁਹਾਡਾ ਜੀ ਪਰ ਤੈਨੂੰ ਕਿੱਦਾਂ ਪਤਾ ਲੱਗਣਾ ਵੀ ਇਹ ਤੁਹਾਡਾ ਤੁਹਾਡਾ ਹਾਂ ਲਓ ਜੀ ਭਾਜੀ ਅਸੀਂ ਸਾਰੀ ਉਮਰ ਦੁਕਾਨਦਾਰੀ ਕੀਤੀ ਸਾਨੂੰ ਕਿੱਦਾਂ ਭੁੱਲ ਸਕਦਾ ਉਹ ਤੁਹਾਡੇ ਵਾਲੇ ਨੂੰ ਮੈਂ ਦੰਦੀ ਵੱਡੀ ਸੀ ਉਹ ਉਹ ਝੂਠੇ ਸਮੋਸੇ ਲੈ ਕੇ ਆਉਂਦੇ ਆ ਉਹ ਝੂਠਾ ਤੇ ਪਰੇ ਹੁਣ ਤੁਸੀਂ ਉਰੇ ਉਰੇ ਖਾਣਾ ਤੁਸੀਂ ਉਰੇ ਰੱਜ ਜਾਣਾ ਪਰਲਾ ਤੇ ਵੱਜ ਜਾਣਾ ਭਾਜੀ ਬੇਗਮ ਕੀ ਕਿੱਥੇ ਲੈ ਆਏ ਹੋ ਸੋਨੀ ਨਾਨ ਟਿੱਕੀ ਨਹੀਂ ਲਿਆਇਆ ਆ ਜਾਂਦੀ ਅੱਜ ਦੀ ਨਾਨ ਟਿੱਕੀ ਵੀ ਅੱਜ ਪਕੌੜੇ ਮੈਂ ਪਕੌੜੇ ਲੈ ਆ ਸਾਡੇ ਪਕੌੜੇ ਮਸ਼ਹੂਰ ਪਕੌੜੇ ਆ ਜੀ ਅੱਲਾ ਦੇ ਹੁਕਮ ਨਾਲ ਇੰਜ ਭਰ ਭੁੱਕ ਇੰਜ ਗੱਡੀ ਦੇ ਸੀ ਐ ਨਾਨ ਟਿੱਕੀ ਨਾਨ ਟਿੱਕੀ ਵੀ ਆ ਜਾਂਦੀ ਹੈ ਬਾਜੀ ਹਰ ਸ਼ੈ ਆ ਜਾਂਦੀ ਚਲ ਜਲਦੀ ਨਾਲ ਬੇਗਮ ਪਕੌੜੇ ਚੱਕ ਲਓ ਨਹੀਂ ਮੈਂ ਨਾਨ ਟਿੱਕੀ ਖਾਣੀ ਸੀ ਕੋਈ ਨਹੀਂ ਆ ਜਾਂਦੀ ਉਹ ਵੀ ਆ ਜਾਂਦੀ ਲਓ ਜੀ ਬਾਜੀ ਜੀ ਨਾਨ ਆ ਗਿਆ ਵੇਖੋ ਕਿੱਦਾਂ ਨਾਨ ਇਹ ਸ਼ਕਲਾਂ ਦੀ ਰਸਾਈ ਤੇ ਇੰਨੇ ਫੁੱਲ ਨਹੀਂ ਹੁੰਦੇ ਜਿੰਨੇ ਅਸੀਂ ਨਾਨ ਤੇ ਪਾਏ ਵੇਖੋ ਕਿਹੜਾ ਕਿਹੜਾ ਫੁੱਲ ਆ ਇਹ ਫੁੱਲ ਨਹੀਂ ਆਲੂ ਆ ਭਾਜੀ ਇਹ ਅੰਦਰ ਖੁਰ ਜਾਣੇ ਤੁਹਾਡੇ ਇੱਕ ਨੰਬਰ ਆਲੂ ਆ ਮਿੱਠਾ ਆਲੂ ਅਸੀਂ ਨਾਨ ਤੇ ਲਾਈਦਾ ਮੰਡੀਓਂ ਆਪ ਲੈ ਕੇ ਆਈਦੇ ਆਪ ਧੋਈਦੇ ਅਸੀਂ ਉਹਨੇ ਨਿਆਣੇ ਹੀ ਨਵਾਉਂਦੇ ਜਿੰਨੇ ਆਲੂ ਧੋਣੇ ਨਹੀਂ ਤਾਂ ਮਿੱਠੇ ਆਲੂ ਕਿਉਂ ਨਹੀਂ ਲਾਉਂਦੇ ਉਹ ਭਾਈ ਨੇ ਮਿੱਠੇ ਆਲੂ ਤਾਂ ਨਹੀਂ ਲਾਈਦੇ ਸ਼ੂਗਰ ਵਾਲਾ ਇੱਕ ਬੰਦਾ ਆਇਆ ਉਹਨੂੰ ਨਾਨ ਖਵਾਇਆ ਉਹਦੀ ਸ਼ੂਗਰ ਹੀ 400 ਹੋ ਗਈ ਬਿੱਲ ਉਹਦਾ 150 ਬਣਿਆ ਸ਼ੂਗਰ ਉਹਦੀ 400 ਤੇ ਰੌਲਾ ਪੈ ਗਿਆ ਸਾਨੂੰ ਹਿਸਾਬ ਨਾ ਆਉਂਦਾ ਇਸ ਕਰਕੇ ਅਸੀਂ ਫਿੱਕੇ ਆਲੂ ਪਾਏ ਨਹੀਂ ਬੰਦਾ ਤੇ ਠੀਕ ਲੱਗਦਾ ਸ਼ਾਬਾਸ਼ ਲੈ ਵੀ ਵੈਰੀ ਗੁੱਡ ਵੀ ਮੈਂ ਇੱਕ ਹੋਰ ਫੇਰ ਅਲਾਰਮਾ ਫੇਰ ਦਿਓ ਕੱਢੀ ਸ਼ਾਬਾਸ਼ ਦਿਓ ਬੜੀ ਬੜੀ ਮੈਨੂੰ ਲਬੇੜੋ ਨਾ ਟਿੱਕੀ ਰਹਿ ਗਈ ਜੇ ਨਾ ਹਾਂਜੀ ਕੋਈ ਮੈਂ ਹੁਣੇ ਨਹੀਂ ਮੁੰਡਾ ਚੰਗਾ ਹਾਂ ਖਾਓ ਤੁਸੀਂ ਸੋਨੀ ਪਕੌੜੇ ਮਜ਼ੇਦਾਰ ਨੇ ਓਹੋ ਮਜ਼ਾ ਆ ਗਿਆ ਸੋਨੀ ਉਹ ਵੀ ਆ ਗਿਆ ਅਸਲਾਮ ਅਲੈਕੁਮ ਕੀ ਹੋਇਆ ਬਾਜੀ ਮਿਰਚਾਂ ਚ ਇਹ ਪਾਣੀ ਫੜੋ ਨਹੀਂ ਨਹੀਂ ਮਿਰਚਾਂ ਨਹੀਂ ਕਹਿੰਦੀਆਂ ਮਜ਼ਾ ਆ ਗਿਆ ਅੱਛਾ ਅੱਛਾ ਅਗਰ ਮਜ਼ਾ ਨਾ ਆਵੇ ਤੁਸੀਂ ਪਕੌੜਾ ਧੋ ਕੇ ਖਾਣਾ ਜੀ ਜਦੋਂ ਧੋ ਕੇ ਖਾਓਗੇ ਬਿਲਕੁਲ ਸਾਦਾ ਹੋ ਜਾਊਗਾ ਹੋਰ ਮਜ਼ਾ ਆ ਜਾਊਗਾ ਕਿਸੇ ਵੇਲੇ ਮਿਰਚ ਨਾਲ ਮਜ਼ਾ ਕਿਰਕਿਰਾ ਹੋ ਜਾਂਦਾ ਜੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਇਹ ਪਕੌੜਿਆਂ 'ਚ ਪਾਉਂਦੇ ਕੀ ਆ ਇਹਦੇ 'ਚ ਤਰਾਲ ਪਾਈ ਦੀ ਜੀ ਭਾਜੀ ਤੁਹਾਨੂੰ ਪਤਾ ਹੀ ਆ ਆਲੂ ਪਾਈ ਦੀ ਮੇਥੀ ਪਾਈ ਦੀ ਪਾਲਕ ਪਾਈ ਦੀ ਪਿਆਜ਼ ਪਾਈ ਦਾ ਟਮਾਟਰ ਪਾਈ ਦਾ ਸੁੱਕਾ ਧਨੀਆ ਲੱਭ ਜੇ ਤੇ ਪਾ ਦੀ ਦਾ ਨਹੀਂ ਤੇ ਖੈਰ ਉਹਦੀ ਕਿਹੜੀ ਗੱਲ ਹੈ ਉਹ ਸੁੱਕਾ ਹੁੰਦਾ ਉਹਦਾ ਕਿਹੜਾ ਪਤਾ ਲੱਗਦਾ ਵਿੱਚ ਆ ਜਿਹੜਾ ਹੋਇਆ ਸੁੱਕਾ ਸੁੱਕੇ ਦਾ ਪਤਾ ਨਹੀਂ ਲੱਗਦਾ ਪਕੌੜੇ ਵੀ ਬੇਗਮ ਤੂੰ ਇੰਨਾ ਕੁਛ ਮੰਗਾ ਲਿਆ ਆਪਾਂ ਖਾਵਾਂਗੇ ਕਿੱਦਾਂ ਨਾ ਖਾਓ ਨਹੀਂ ਖਾਣਾ ਭਾਜੀ ਤੁਹਾਡੇ ਤੋਂ ਘੁਮਾ ਕੇ ਮੈਂ ਆਪਣੇ ਬੱਚਿਆਂ ਨੂੰ ਦੇ ਆਵਾਂ ਸਵੇਰ ਦਾ ਆਇਆ ਪਤਾ ਨਹੀਂ ਉਹਨੇ ਪਿੱਛੋਂ ਕੁਛ ਖਾਧਾ ਕਿ ਨਹੀਂ ਜੀ
ਤੁਸੀਂ ਕਹਿਣਾ ਹੀ ਆ ਮੈਂ ਤੇ ਆਉਣੇ ਆ ਜੀ ਉਹ ਨਹੀਂ ਅਸੀਂ ਖਾ ਲਾਂਗੇ ਖਾ ਲਾਂਗੇ ਅਸੀਂ ਸਾਰਾ ਕੁਝ ਉਹ ਨੀਤ ਨਾ ਲਾ ਦੀ ਇੱਦਾਂ ਤੂੰ ਨਾਨ ਟਿੱਕੀ ਆਪਣੀ ਝੋਲੀ ਚ ਰੱਖ ਕੇ ਖਾਏ ਹਾਂ ਹੋ ਜਾਏਗਾ ਜਮ ਚਲ ਤੁਸੀਂ ਟਿੱਕੀ ਨੰਨੀ ਵੱਡੋ ਮੈਂ ਤੁਹਾਨੂੰ ਕੁੱਟ ਭਰਾਈ ਜਾਣਾ ਨਾਲ ਉਹਦਾ ਸੋਰੀ ਉਹ ਬਾਜੀ ਦੀ ਲੜਾਈ ਆ ਇੰਨਾ ਕੁਛ ਬਾਜੀ ਨੂੰ ਗੋਈ ਜਾਣਾ ਤੂੰ ਹੈ ਤੂੰ ਯਾਰ ਪੈਸੇ ਲੈਣੇ ਤੂੰ ਕੱਲ ਹੀ ਬੋਲੀ ਜਾਣਾ ਚਲੋ ਖਾ ਲਾ ਸੈਲਡ ਵੀ ਲਿਆ ਕੇ ਹਾਂ ਸੋਨੀ ਟਿੱਕੀ ਨਹੀਂ ਟੁੱਟਦੀ ਪਈ ਔਰੇ ਆ ਗੱਲ ਸੁਣ ਆ ਟਿੱਕੀ ਨਹੀਂ ਟੁੱਟਣ ਲਈ ਉਹ ਬਾਜੀ ਕੀ ਹੁੰਦੇ ਆ ਘਰਾਂ ਦੇ ਘਰ ਤੋੜਦੇ ਤੁਸੀਂ ਟਿੱਕੀ ਨਹੀਂ ਟੁੱਟਣ ਦੀ ਤਾਂ ਅਜੀਬ ਗੱਲ ਕਰਦੇ ਕੀ ਮਤਲਬ ਇਹ ਭਾਈ ਜੀ ਔਰਤਾਂ ਦੇ ਲੱਤਾਂ ਕੁੱਟਣ ਇਦਾਂ ਫਰਕ ਪਾਉਂਦੀਆਂ ਜਿੱਦਾਂ ਵੱਡੇ ਭਰਾਵਾਂ ਚ ਪਾਉਂਦੀਆਂ ਹੈ ਤੈਨੂੰ ਪਤਾ ਹੀ ਨਹੀਂ ਆਖੋ ਤੁਸੀਂ ਮੈਂ ਆਇਆ ਹੁਣੀ ਇਹ ਕੀ ਕਹਿ ਗਿਆ ਇਹ ਫਸੂਲ ਬੰਦਾ ਹੈ ਪਤਾ ਨਹੀਂ ਕੀ ਕਹੀ ਜਾਂਦਾ ਹੈ ਬੇਗਮ ਖਾਣਾ ਟੇਸਟੀ ਸੀ ਬਹੁਤ ਮਜ਼ੇਦਾਰ ਚੀਜ਼ਾਂ ਸਾਰੀਆਂ ਵਧੀਆ ਸੀ ਹਾਂ ਜੀ ਬੱਲੇ ਮਾਸ਼ਾਅੱਲਾ ਚੰਗੀ ਸਪੀਡ ਆ ਤੁਹਾਡੀ ਹੈ ਸਪੀਡ ਐਸੀ ਕਿ ਲਾਹੌਰ ਪਹੁੰਚ ਗਏ ਕਮ ਸੇ ਕਮ ਅੱਧਾ ਘੰਟਾ ਲੱਗਦਾ ਤੁਸੀਂ ਤੇ ਇੰਨਾ ਹੈ ਤੁਸੀਂ ਮੈਨੂੰ ਦੋਨੇ ਜੀ ਝਾੜੂ ਲਗਾਉਂਦੇ ਆ ਕਿੱਦਾਂ ਸਫਾਈ ਕਰਦੀ ਬਹੁਤ ਓਏ ਅਸੀਂ ਸੁਣਨ ਵਾਸਤੇ ਮੰਗਾਈਆਂ ਸੀ ਆਟਾ ਜੀ ਭਾਜੀ ਹੋਰ ਜਨਾਬ ਚਾਹੀਦਾ ਕੁਝ ਜੀ ਪਹਿਲੇ ਟੇਬਲ ਸਾਫ਼ ਕਰ ਹਾਂ ਟੇਬਲ ਸਾਫ਼ ਕਰਨਾ ਹੈ ਉਹ ਦੂਜੇ ਮੁੰਡੇ ਨੇ ਕਰਨਾ ਜੀ ਮੇਰਾ ਕੰਮ ਲਿਆਉਂਦੇ ਉਹ ਕੰਮ ਲਿਜਾਣ ਤੇ ਰੱਖਿਆ ਜੀ ਖਾਲੀ ਪਲੇਟ ਨੂੰ ਮੈਂ ਹੱਥ ਨਹੀਂ ਲਾਉਂਦਾ ਜੀ ਤੇ ਸਾਰੀ ਉਮਰ ਖਾਲੀ ਜੀ ਰਹਿ ਜਾਣਾ ਜੀ ਹਾਂਜੀ ਤੇ ਵਿੱਚ ਇੱਟ ਰੱਖ ਦਵਾਂ ਮੈਂ ਹਾਂ ਪਏ ਹੱਥ ਲਾ ਲਈ ਉਹ ਅਸੀਂ ਅੱਡੀਆਂ ਕੂਚਣੀਆਂ ਇੱਟ ਕੀ ਕਰਨੀ ਭਾਜੀ ਭਾਂਡੇ ਅਸੀਂ ਧੋਈ ਦੇ ਵੀ ਨਹੀਂ ਸਾਬਣ ਨਾ ਭਾਈ ਹਾਂਜੀ ਅਸਲ ਜੀ ਭਾਜੀ ਸਮੋਸਾ ਸਾਡਾ ਕੈਸਾ ਸੀ ਸਮੋਸਾ ਬਿਲਕੁਲ ਦੱਸੋ ਜ਼ਰਾ ਬਹੁਤ ਮਜ਼ੇਦਾਰ ਹਾਂਜੀ ਮਜ਼ੇਦਾਰ ਤਦੀ ਗੱਡੀ ਦਾ ਦੇਖੋ ਨਾ ਪਲੇਟ ਕਿੱਦਾਂ ਭਾਜੀ ਨੇ ਚਟ ਕੀਤੀ ਪਈ ਉਹ ਚਟ ਕੀ ਕੀਤੀ ਮੈਂ ਸਮੋਸਾ ਖਾਦਾ ਵਿੱਚੋਂ ਇਹ ਨਾਨ ਦਾ ਮਜ਼ਾ ਆਇਆ ਜੀ ਕਿੱਡਾ ਕੁਰਕਰਾ ਨਾਨ ਸੀ ਜੀ ਭਾਈ ਟਿੱਕੀ ਬੜੀ ਸਖਤ ਸੀ ਕੀ ਗੱਲ ਹੈ ਹਰੇ ਕੀ ਪਾਉਂਦੇ ਹੋ ਵਿੱਚ ਅਸੀਂ ਡੀਜੀ ਸਿਮਟ ਪਾਉਂਦੇ ਹਾਂ ਉਹ ਜੀ ਅਸੀਂ ਉਹ ਅਸਲ ਦੇ ਵਿੱਚ ਜੋ ਤਲਾਈ ਬੋਤੀ ਹੋ ਜਾਂਦੀ ਨਾ ਕਿ ਉਹ ਨਾ ਜੀ ਜਿਹੜੀ ਆ ਕੁਰਕਰੀ ਹੋ ਜਾਂਦੀ ਆ ਉਹ ਸਖਤ ਹੋ ਜਾਂਦੀ ਹੈ ਹਾਰਡ ਹੋ ਜਾਂਦੀ ਹੈ ਅੱਛਾ ਗੱਲਾਂ ਨਾ ਸੁਣਾ ਬੋਲ ਅੱਛਾ ਮੈਨੂੰ ਇਹ ਦੱਸ ਸਮੋਸਾ ਕੌਣ ਬਣਾਉਂਦਾ ਇੱਥੇ ਤੁਹਾਡੇ ਸਮੋਸਾ ਜੀ ਉਹ ਮਾਲਕਾਂ ਦਾ ਮੁੰਡਾ ਹੀ ਹੈ ਜੀ ਉਹ ਬਣਾਉਂਦਾ ਆਪਣੇ ਅੱਛਾ ਹੱਥਾਂ ਦਾ ਉਹ ਪਿੰਨੀਆਂ ਨੂੰ ਤੇਲ ਵੀ ਬਹੁਤ ਅੱਛਾ ਲਾਉਂਦਾ ਭਾਜੀ ਅੱਛਾ ਘਟਾ ਦਵਾਂ ਤੁਹਾਨੂੰ ਥੋੜਾ ਜਿਹਾ ਉਹ ਭਾਈ ਅਸੀਂ ਤਾਂ ਕਟਾਈ ਕਰਾਉਣਾ ਹੈ ਜੀ ਅੱਛਾ ਤੁਸੀਂ ਸਾਨੂੰ ਇਹ ਦੱਸੋ ਪਾਈਨ ਇਹ ਸਾਡੀ ਸਲਾਹ ਸਾਡਾ ਦਹੀਂ ਸਾਡਾ ਇਹ ਸਾਰਾ ਇਨਵੈਸਟਮੈਂਟ ਕੈਸੀ ਲੱਗੀ ਜਿਹੜੀ ਤੁਹਾਡੇ ਸਾਹਮਣੇ ਕੀਤੀ ਹੈ ਦਹੀਂ ਤੁਹਾਡਾ ਬਹੁਤ ਅੱਛਾ ਜੀ ਖੱਟਾ ਨਹੀਂ ਸੀ ਹੈਗਾ ਖੱਟਾ ਖੱਟਾ ਰੱਖੀਦਾ ਨਹੀਂ ਜੀ ਤੁਹਾਡੀਆਂ ਗੱਲਾਂ ਤੋਂ ਸਾਡਾ ਦਿਲ ਖੱਟਾ ਹੋ ਗਿਆ ਸੀ ਲੇਕਿਨ ਨਹੀਂ ਖੱਟਾ ਨਹੀਂ ਸੀ ਅੱਛਾ ਅੱਛਾ ਮਿੱਠੀ ਚਟਨੀ ਦਾ ਬਹੁਤ ਮਜ਼ਾ ਆਇਆ ਮਿਹਰਬਾਨੀ ਠੀਕ ਹੈ ਲੇਕਿਨ ਤੁਸੀਂ ਦੁਬਾਰਾ ਮਿੱਠੀ ਦਿੱਤੀ ਹੀ ਨਹੀਂ ਤੁਸੀਂ ਥੱਲੇ ਚਲ ਗਏ ਸੀ ਭਾਈ ਤਾਂ ਪਹਿਲੀ ਨਹੀਂ ਮੁੱਕੀ ਹੈ ਜੀ ਜੀ ਫਿਰ ਉਹ ਪਲੇਟ ਸਾਫ਼ ਚਾਹੀਦੀ ਆ ਕਿਉਂਕਿ ਅਸੀਂ ਖਾਣੀਆਂ ਕਿੱਥੇ ਪਾਉਣੀਆਂ ਸਭ ਕੋ ਖਾਲੀ ਡੱਬਾ ਹੈ ਨਹੀਂ ਭਾਈ ਕੋਈ ਆ ਤੁਸੀਂ ਖਾ ਕੇ ਜਾਣੀ ਭਾਜੀ ਸਾਰੀ ਤੇ ਤੂੰ ਵੀ ਲੱਗਦਾ ਮੇਰੇ ਕੋ ਖਾ ਕੇ ਜਾਣੀ ਹੈ ਜਾਂ ਬਿੱਲ ਲੈ ਗਿਆ ਭਾਜੀ ਦੁਕਾਨ ਦਾ ਬਿੱਲ ਲੈ ਅਸੀਂ ਵੀ ਕਲੀਅਰ ਹੋ ਜਾਾਂਗੇ ਬੜਾ ਪਰੇਸ਼ਾਨ ਹੋਏ ਜੀ ਉਹ ਮੈਂ ਤੁਹਾਡੇ ਹੁਣ ਵਾਪਟਾ ਤੇ ਬਿੱਲ ਜਮਾ ਕਰਾਉਂਦਾ ਫਿਰਾਂ ਤੁਹਾਡੇ ਖਾਣੇ ਦੇ ਬਿੱਲ ਤੇ ਸਾਰੇ ਦਿੰਦਾ ਤੁਸੀਂ ਸਾਡੇ ਵਾਪਟਾ ਲੱਗ ਤੇ ਬਿੱਲ ਕਲੀਅਰ ਕਰ ਦਿਓ ਮਿਹਰਬਾਨੀ ਜੀ ਤੁਹਾਡੀ ਤੂੰ ਸਾਡਾ ਦੋਤਮਾਨ ਜਾ ਥੱਲੇ ਬਿੱਲ ਲੈ ਕੇ ਆ ਉਹ ਬਿੱਲ 650 ਰੁਪਈਆ ਜੀ 650 ਰੁਪਈਆ 650 ਇੰਨਾ ਬਿੱਲ ਬਣਾਤਾ ਇੰਨੀਆਂ ਚੀਜ਼ਾਂ ਦਾ ਹਾਂਜੀ 650 ਸੋਨੀ ਤੁਹਾਨੂੰ ਡਕਾਰ ਆਇਆ ਭਾਜੀ ਖਾਣਾ ਖਾ ਕੇ ਡਕਾਰ ਆਇਆ ਨਹੀਂ ਆਇਆ ਵੀ ਕਿੱਥੋਂ ਆਉਣਾ ਸੀ ਭਰਤੀ ਇਦਾਂ ਦੀ ਪਾਈ ਤੁਸੀਂ ਤੇ ਇਹਦੇ ਦੁਕਾਨ ਤੇ ਉਦੋਂ ਹੁੰਦਾ ਜੇ ਥੋੜੀ ਜੀ ਜਗ੍ਹਾ ਖਾਲੀ ਹੋਵੇ ਜੀ ਉਹ ਤੂੰ ਕਿਉਂ ਗੱਲ ਵਧਾਈ ਜਾਂਦੇ ਆ ਹਾਂ ਇਹ 650 ਬਣਿਆ ਜੀ ਮੈਨੂੰ ਮਾਲਕਾਂ ਨੇ ਦੱਸਤਾ ਚੱਲ ਪਹਿਲੇ ਸਫਾਈ ਕਰ ਦਿੰਦੇ ਨੇ 650 ਭਾਜੀ ਸਫਾਈ ਕਰ ਦਿੰਦੇ ਜੀ ਇਹ ਕਿਹੜੀ ਗੱਲ ਆ ਜੀ ਇਹ ਸਫਾਈ ਤੋਂ ਮੁੰਡੇ ਨੇ ਛੱਕੇ ਲਾਏ ਨੇ ਜੀ ਹਲੋ ਲੋ ਮੈਂ ਕਿਹਾ ਸੋਨੀ 650 ਰੁਪਈਆ ਦੋ ਚਲੀਏ ਫਿਰ ਦੇ ਦਿੰਦੇ 650 ਨਾਲ 100 ਕੇ ਨੂੰ ਵੀ ਦੇ ਦਿੰਦੇ ਟਿਪ ਮੁੰਡਾ ਬਹੁਤ ਚੰਗਾ ਹਾਂ ਮਿਹਰਬਾਨੀ ਜੀ ਆ ਤੁਹਾਡੀ ਨੂੰ ਆਦਤ ਹੋਈ ਆ ਦੇ ਦਿੰਦੇ ਵਿਚਾਰੇ ਦੇ ਗੇੜੇ ਬੜੇ ਲੱਗੇ ਨਾ ਉਹ ਮੈਨੂੰ ਲੱਗਦਾ ਬਟੂਆ ਮੇਰਾ ਗੱਡੀ 'ਚ ਰਹਿ ਗਿਆ ਥੱਲੇ ਗੱਡੀ 'ਚ ਰਹਿ ਗਿਆ ਚਲੋ ਕੋਈ ਗੱਲ ਨਹੀਂ ਤੁਸੀਂ ਝਾੜੇ ਤੇ ਮੇਜ਼ ਤੇ ਅੱਖ ਲਾ ਲਓ ਤੁਸੀਂ ਗੱਡੀ ਤੇ ਬੱਸ ਲਾਓ ਭਾਜੀ ਅੱਖ ਕੀ ਲਾ ਲਓ ਬਾਜੀ ਬੈਠੇ ਨੇ ਇੱਥੇ ਤੂੰ ਸਾਹ ਲੈ ਤਾਂ ਉੱਥੇ ਇਹ ਪਰਸ ਫਲਾਓ ਮੇਰਾ ਮਗਰ ਤਾਂ ਨਹੀਂ ਆ ਰਿਹਾ ਦੇਖੀ ਚੱਲ ਬੇਗਮ ਜਲਦੀ ਬੈਠ ਜਲਦੀ ਜਲਦੀ ਬੈਠ ਜਲਦੀ ਬੈਠ ਆ ਭਾਜੀ ਮੈਂ ਪੈਸੇ ਲੈਵਾਂ ਭਾਜੀ ਆ ਗਿਆ ਸੁਣੀ ਆ ਗਿਆ ਹਾਂਜੀ ਪੈਸੇ ਪਾ ਉਹ ਪੈਸੇ ਉਹ ਉਹ ਉਹ
ਉਹ ਪੈਸੇ ਦੇ ਕੇ ਨਹੀਂ ਗਏ।